ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਭਰੇ ਬਾਜ਼ਾਰ ਵਿੱਚ ਹਥਿਆਰਾਂ ਦੀ ਨੋਕ ਤੇ ਮਨੀ ਐਕਸਚੇਂਜਰ ਦੁਕਾਨ ਲੁੱਟ ਲੈ ਗਏ ਲੁਟੇਰੇ। ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋਈ ਹੈ, ਦੇਖੋ ਆਖਿਰ ਕੀ ਹੋਇਆ। ਤੇ ਅਸੀਂ ਜਦੋਂ ਇਹ ਵਾਰਦਾਤ ਮਗਰ ਭੱਜੇ ਐਕਟੀਵਾ ਲਾ ਕੇ ਉਹਨਾਂ ਦੇ, ਤੇ ਅਸੀਂ ਚਲੇ ਗਏ ਕਿਲੇ ਵਾਲੇ ਪਾਸੇ, ਕਿਲੇ ਢਲਾਣ ਵਗੈਰਾ ਸੀ, ਉੱਧਰ ਦੇਖਿਆ ਵੀ ਸ਼ਾਇਦ ਇੱਧਰ ਨਾ ਆਏ ਹੋਣ, ਲੇਕਿਨ ਉਹ ਵੜ ਗਏ ਪੀਰਖਾਨੇ ਗਲੀ 'ਚ। ਉਹ ਗਲੀ ਸੀ ਅੰਦਰੋਂ ਬੰਦ, ਸਾਨੂੰ ਪਤਾ ਨਹੀਂ ਸੀ, ਅਸੀਂ ਸਿੱਧੇ ਚਲੇ ਗਏ ਤੇ ਜਦੋਂ ਵਾਪਸੀ ਨਿਕਲੇ ਗਲੀ ਬੰਦ ਸੀ, ਉਹ ਕਿਰਪਾਨ ਉੱਥੇ ਸੁੱਟ ਕੇ ਚਲੇ ਗਏ। ਕਿਰਪਾਨ ਦੀ ਰਿਕਵਰੀ ਸਾਹਿਬ ਆਏ ਸੀ, ਐਸ ਐਚ ਓ ਸਾਹਿਬ ਉਹਨਾਂ ਨੇ ਕਰ ਲਈ ਆ, ਤੇ ਅਸੀਂ ਫਿਰ ਉੱਧਰੋਂ ਵਾਪਸ ਆਏ, ਸਾਨੂੰ ਉੱਧਰੋਂ ਕੁਛ ਨਹੀਂ ਮਿਲਿਆ ਹੈਗਾ। ਕੈਸ਼ 70-80 ਹਜ਼ਾਰ ਰੁਪਏ ਕਹਿ ਰਿਹਾ ਜੀ ਰਸ਼ੀਦ। ਮਤਲਬ ਕਿ 12 ਵਜੇ ਦਾ ਟਾਈਮ ਹੋਏਗਾ, 11-12 ਵਜੇ ਦਾ 12 ਵਜੇ ਟਾਈਮ ਹੋਏਗਾ ਜੀ। ਦੋ ਜਣੇ ਸੀ ਐਕਟੀਵਾ ਤੇ ਆਏ ਸੀਗੇ, ਇੱਕ ਤੇ ਲਾਲ ਟੀ ਸ਼ਰਟ ਪਾਈ ਹੋਈ ਸੀਗੀ, ਇੱਕ ਜਣਾ ਬਾਹਰ ਸੀ, ਇੱਕ ਜਣਾ ਅੰਦਰ ਗਿਆ ਸੀਗਾ। ਨਹੀਂ, 35 ਲੋ ਹੈ ਤੇ ਮੈਂ ਚਾਰਜ ਕਰਨਾ, ਮੈਂ ਨਾਲ ਦੇ ਮੁੰਡੇ ਨੂੰ ਬੁਲਾ ਲਾ, ਤੇ ਇਹਨੇ ਤੋਂ ਨਾਲ ਦਾ ਮੁੰਡਾ ਕੈਮਰੇ ਦੇ ਵਿੱਚ ਸਰਿਆਮ ਆਇਆ, ਉਹ ਤਲਵਾਰ ਲੈ ਕੇ ਅੰਦਰ ਵੜ ਗਿਆ ਇਹਦੇ ਕੋਲੇ, ਤੇ ਕਹਿੰਦਾ ਜਿੰਨਾ ਕੈਸ਼ ਹੈ ਕੈਸ਼ ਦੇ ਦੇ। ਇਹਦੇ ਗੱਲੇ 'ਚ ਡੋਲਰ ਪਏ ਸੀ, 50-50 ਦੀ ਗੁੱਟੀਆਂ ਪਈਆਂ ਸੀ, 3 ਨਵੀਆਂ ਤੇ 200-200 ਨੋਟਾਂ, 2-70 ਹਜ਼ਾਰ ਰੁਪਇਆ ਟੋਟਲ ਕੈਸ਼ ਸੀਗਾ, ਜੋ ਕਿ ਇਹਦਾ ਸਾਰਾ ਚੱਕ ਕੇ ਲੈ ਗਏ ਤੇ ਇਹਨੂੰ ਧਮਕੀ ਦੇ ਗਏ। ਕਹਿੰਦੇ ਜੇ ਤੂੰ ਕਾਰਵਾਈ ਕੀਤੀ ਤਾਂ ਅਸੀਂ ਪੁਲਿਸ ਨੂੰ ਕੱਲ੍ਹ ਨੂੰ ਤੁਹਾਨੂੰ ਆ ਕੇ ਵੜ ਦਾਂਗੇ ਜੇ ਤੂੰ ਪੁਲਿਸ ਨੂੰ। ਉਮਰ ਏਜ ਕੈਮਰੇ ਦੇ ਵਿੱਚ ਆ ਗਏ, ਸਕੂਟੀ ਵੀ ਆ ਗਈ, ਉਹਨਾਂ ਦੀ ਟੀ ਸ਼ਰਟ ਵੀ ਆ ਗਈ, ਜਵਾਨ ਮੁੰਡੇ ਉਮਰ ਹੋਣਗੇ ਘੱਟੋ ਘੱਟ 28-30 ਸਾਲ ਦੇ ਹੋਣਗੇ। ਸਕੂਟੀ ਵੀ ਨਾਲ ਲੈ ਗਏ, ਤਲਵਾਰ ਸਿੱਟ ਗਏ ਸੀ ਅੱਗੇ, ਤਲਵਾਰ ਵੀ ਮਿਲ ਗਈ ਉਹਨਾਂ ਦੀ ਪੀਠ ਨੂੰ। ਵੈਪਨ ਉਹਨਾਂ ਕੋਲ ਇਹ ਨਹੀਂ ਪਤਾ ਜੀ ਕਿਹੜਾ ਸੀ, ਇਹ ਕਹਿ ਰਿਹਾ ਇੱਕ ਗਨ ਸੀ, ਉਹਨਾਂ ਨੇ ਜਾਣ ਲੱਗਿਆ ਕਿਹਾ ਜੇ ਤੂੰ ਰੋਲਾ ਪਾਇਆ ਤੈਨੂੰ ਗੋਲੀ ਮਾਰ ਦਾਂਗੇ। ਵੈਪਨ ਇਹਨਾਂ ਨੇ ਦੇਖਿਆ ਨਹੀਂ, ਜਿਹੜੀ ਗੱਲ ਅਸੀਂ ਕਹੀਏ ਉਹ ਦੇਖੀ ਨਹੀਂ, ਉਹ ਅਸੀਂ ਗੱਲ ਕਹਿ ਨਹੀਂ ਸਕਦੇ, ਲੇਕਿਨ ਇਹ ਕਹਿੰਦਾ ਕਿ ਉਹਨਾਂ ਕੋਲ ਵੈਪਨ ਸੀਗਾ, ਤਲਵਾਰ ਸੀਗੀ, ਜੋ ਕਿ ਤਲਵਾਰ ਉੱਥੇ ਸਿੱਟ ਗਈ ਉਹ ਪ੍ਰਸ਼ਾਸਨ ਨੂੰ। ਨਾਮ ਕੀ ਮੁੰਡੇ ਦਾ ਜਿਹਦੇ ਸਾਹਮਣੇ? ਮੁੰਡਾ ਰਸ਼ੀਤ ਗਰਗ ਹੈ, ਆਹ ਦੁਕਾਨ ਹੈ ਉਹਦੀ, ਸ਼ੋਪ ਦੀ ਇਕੱਲਾ ਬੈਠਾ ਸੀਗਾ, ਜੋ ਕਿ ਦਿਨ ਉਹਦਾ ਮੇਰਾ ਕੱਪੜੇ ਦਾ ਕੰਮ ਹੈ ਜੀ, ਮੈਂ ਗਵਾਂਢੀ ਹਾਂ ਇਹਦਾ ਨਾਲ, ਇਹਦਾ ਨੋਟਾਂ ਦਾ ਕੰਮ ਵੀ, ਮਨੀ ਐਕਸਚੇਂਜ, ਡੋਲਰ ਵਗੈਰਾ, ਵਿਆਹ ਸ਼ਾਦੀਆਂ ਦੇ ਹਾਰ ਹੁੰਦੇ ਆ, ਜੋ ਕਿ ਉਸ ਚੀਜ਼ ਦਾ ਕੰਮ ਹੈ। ਕਹਿਣ ਦਾ ਮਤਲਬ ਸਰ ਜੀ, ਇਹ ਦਿਨ ਦੇ ਵਿੱਚ ਜੇ ਇਹ ਹਾਲਾਤ ਰਹੂ, ਕਿਵੇਂ ਲੋਕ ਕਾਮਯਾਬ ਹੋਣਗੇ? ਹਰ ਦੁਕਾਨਦਾਰ ਇਕੱਲਾ, ਕੰਮ ਘਰ ਪਹਿਲਾਂ ਹੈ ਨਹੀਂ, ਜੇ ਐਮ ਵਾਰਦਾਤ ਆਊਗੀ ਤਾਂ ਫਿਰ ਆਮ ਆਦਮੀ ਪਾਰਟੀ ਸਰਕਾਰ ਦਾ ਸਾਨੂੰ ਕੀ ਫਾਇਦਾ? ਰਿਸ਼ਵਤ ਗਰਗ ਦੀ ਦੁਕਾਨ ਹੈਗੀ ਹੈ, ਮਨੀ ਐਕਸਚੇਂਜ ਦਾ ਕੰਮ ਕਰਦੇ ਆ, ਇੱਥੇ ਕੋਈ ਤਲਵਾਰ ਲੈ ਕੇ ਦੋ ਆਏ ਆ, ਨਸ਼ੇੜੀ ਟਾਈਪ ਜਾ ਦੇ ਹੈਗੇ ਆ ਉਹ, ਤੇ ਅਸੀਂ ਮੌਕੇ ਤੇ ਪਹੁੰਚ ਗਏ, ਅਸੀਂ ਸਰਚ ਕਰ ਰਹੇ ਆ, ਸਾਰਾ ਕੋਈ ਗੱਲ ਨਹੀਂ, ਬਹੁਤ ਜਲਦੀ ਟਰੇਸ ਕਰ ਲਾਂਗੇ ਨਾ। ਸਰ ਕਿੰਨੀ ਕੁ ਦੀ ਲੁੱਟ ਹੋਈ ਆ, ਕੋਈ ਵੈਪਨ ਸੀ ਉਹਨਾਂ ਕੋਲੇ? ਨਹੀਂ, ਵੈਪਨ ਇੱਕ ਤਲਵਾਰ ਹੀ ਸੀਗੀ, ਉਹ ਇੱਥੇ ਗਲੀ 'ਚ ਸੱਟ ਕੇ ਭੱਜ ਗਏ ਆ। ਅੱਛਾ ਜੀ, ਤੇ ਆਪਣਾ ਇਹ 60-70 ਹਜ਼ਾਰ ਰੁਪਏ ਦੀ ਦੱਸ ਰਿਹਾ। ਸਰ ਮਾਲਕ ਦੇ ਸੱਟਾ ਸੁੱਟਾ ਲੱਗੀ? ਨਹੀਂ ਨਹੀਂ, ਕੋਈ ਸੱਟ ਵਗੈਰਾ ਨਹੀਂ ਹੈਗੀ। ਸਕੂਟਰੀ ਸੀਸੀਟੀਵੀ 'ਚ ਆਇਆ ਉਹ ਅਸੀਂ ਵੇਖ ਰਹੇ ਹਾਂ, ਸਾਰੀਆਂ ਸਕੂਟਰ ਸੀਸੀਟੀਵੀ ਕੈਮਰੇ ਦੇਖ ਰਹੇ ਹਾਂ। ਥੈਂਕ ਯੂ। ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਟਹਿਲਕਾ ਨਿਊਜ਼ ਬਾਗੀ ਹੈ। ਜਨਤਾ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਟਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਟਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਟਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਟਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।